Yo, what's up guys, how are you doing all? It's MK here and welcome to another video. So guys, aaj tade layi ek hor special video leke aaye hain jo ki sanu vi bahut time to intezar siga and tuhanu vi bahut zyada time to intezar si. Aaj mere naal hai ke mere friend Ramesh Anurag, dozo naam wale bande te aaj apan do PC ikatthe taiyar karne hain. Aa chahiye ya. So tuhanu ahi jidda keh ditta ki do PC ikatthe taiyar karne hain. So guys, samaan apan lianda hai nava Ryzen 5000 CPU ਜਿਹੜੇ ਨਵੇਂ ਆਏ ਆ Ryzen ਦੇ ਸੋ ਉਹ ਆਪਣੇ ਕੋ ਆ ਚੁੱਕਾ ਆ ਐਂਡ ਸਾਰਾ ਸਮਾਨ ਲਿਆਂਦਾ ਕੈਬਿਨੇਟ ਗ੍ਰਾਫਿਕ ਕਾਰਡ ਆਪਣੇ ਕੋ ਇਹ ਸਾਡੇ ਕੋ ਪਹਿਲਾਂ ਸੀਗਾ ਇਹ ਆਪਾਂ ਨਵਾਂ ਨਹੀਂ ਪਾ ਰਹੇ ਮਦਰਬੋਰਡ ਐਂਡ ਹਾਰਡ ਡਰਾਈਵ ਐਂਡ ਆਪਣੇ ਕੋ ਪਾਵਰ ਸਪਲਾਈ ਆ ਚੀਜ਼ਾਂ ਹੈਗੀਆਂ ਸਾਰੀਆਂ ਸੋ ਅੱਜ ਤੁਹਾਨੂੰ ਦਿਖਾਵਾਂਗੇ ਇਹਦੇ ਅਨਬੋਕਸਿੰਗ ਐਂਡ ਪੀਸੀ ਬਿਲਡ ਨਵਾਂ ਬਜਟ ਗੇਮਿੰਗ ਪੀਸੀ ਬਜਟ ਤਾਂ ਚਲੋ ਨਹੀਂ ਕਹਿ ਸਕਦੇ ਆਊਟ ਆਫ ਬਜਟ ਹੀ ਹੋ ਜਾਂਦਾ ਇਹ ਕਾਈਂਡ ਆਫ ਬਜਟ ਕਾਈਂਡ ਆਫ ਬਜਟ ਕਹਿ ਸਕਦੇ ਹਾਂ ਕਿਉਂਕਿ Ryzen ਦਾ ਜਿਹੜੇ CPU ਆ ਉਹ ਅੱਜ ਕੱਲ੍ਹ ਥੋੜ੍ਹੇ ਮਹਿੰਗੇ ਚੱਲ ਰਹੇ ਆ ਇੰਟਲ ਨਾਲੋਂ ਵੀ $100 ਮਹਿੰਗੇ ਚੱਲ ਰਹੇ ਆ ਸੋ ਤੁਹਾਨੂੰ ਦਿਖਾਉਂਦੇ ਹਾਂ ਅੱਜ ਪੀਸੀ ਬਿਲਡ ਸਾਡਾ ਨਵਾਂ ਐਂਡ ਪੁਰਾਣਾ ਵਾਲਾ ਪੀਸੀ ਤਾਂ ਤੁਸੀਂ ਦੇਖ ਸਕਦੇ ਯਾਰ ਨਹੀਂ ਤੁਹਾਨੂੰ ਦਿਖਾਉਣਾ ਨਹੀਂ ਹੋ ਰਹਿਣ ਦੋ ਉਹਦੀ ਹਾਲਤ ਮਾੜੀ ਹੈ ਉਹਦੇ ਪੰਜਰ ਖੋਲ ਦਿੱਤੇ ਹੋਏ ਆ ਉਹਦੇ ਪੋਸਟਮਾਰਟਮ ਕਰਕੇ ਰੱਖਿਆ ਪੋਸਟਮਾਰਟਮ ਪੰਜਰ ਖੋਲ ਕੇ ਉਹਦੇ ਰੱਖਿਆ ਹੋਇਆ ਗਾਇਸ ਹੁਣ ਜਿੱਦਾਂ ਕਿ ਆਪਾਂ ਸਾਰਾ ਪਹਿਲਾਂ ਖੋਲਣ ਲੱਗੇ ਆ ਆਪਣਾ ਕੈਬਿਨੇਟ ਸਮਾਨ ਚੱਕ ਲਈਏ ਸਮਾਨ ਆਪਾਂ ਥੋੜਾ ਕੀਤਾ ਸੀਗਾ ਇਹ ਉਹ ਕਹਿੰਦੇ ਨਹੀਂ ਹੁੰਦੇ ਗਾਰਨਿਸ਼ ਕਰਦੇ ਹੁੰਦੇ ਫੂਡ ਉੱਪਰ ਅਤੇ ਉਹ ਤਾਂ ਆਪਾਂ ਫੂਡ ਗਾਰਨਿਸ਼ ਕੀਤਾ ਸੀਗਾ ਸੋ ਕੈਬਨੇਟ ਆਪਣੇ ਕੋਲ ਹੈਗੀ ਆ ਐਂਟੈਕ ਸੋ ਵਾਈਸ ਕੈਬਨੇਟ ਆਪਣੇ ਕੋਲ ਹੈਗੀ ਆ GX 202 ਦਿਸ ਇਜ਼ ਦਾ ਥਿੰਗ ਸੋ ਇਹਦੇ ਅੱਗੇ ਦੋ 3 USB ਆ ਮਾਈਕ ਪੋਰਟ ਆ ਆਡੀਓ ਪੋਰਟ ਆ ਦੋ ਫੈਨਸ ਲੱਗੇ ਹੋਏ ਆ ਮੈਸ਼ ਲੱਗੀ ਹੋਈ ਆ ਐਂਡ ਆ ਦੇਖ ਸਕਦੇ ਤੁਸੀਂ ਇਹ ਸਾਨੂੰ ਟ੍ਰਾਂਸਪੇਰੈਂਟ ਮਿਰਰ ਮਿਲ ਜਾਏਗਾ ਐਂਡ ਇਹਦੇ ਉੱਪਰ ਚੜਿਆ ਹੋਇਆ ਆਪਣਾ ਪ੍ਰੋਟੈਕਟਰ ਜਿਹੜੀ ਸਾਡੀ ਮਦਰਬੋਰਡ ਹੈ ਉਹ ਹੈਗੀ ਹੈ 550 ਗੇਮਿੰਗ ਐਕਸ ਫੁੱਲ ਨਜ਼ਾਰੇ ਦੇ ਨਾਲ ਮਜ਼ੇ ਲੈਂਦੇ ਹੋਏ ਆਪਾਂ ਇਹਦੀ ਸੀਲ ਹੈਗੀ ਆ ਹੁਣ ਤੋੜਨ ਲੱਗੇ ਹਾਂ ਇਹ ਤੁਹਾਨੂੰ ਦਿਖਾ ਰਹੀ ਹੈ ਅਸੀਂ ਪੁਰਾਣਾ ਪ੍ਰੋਡਕਟ ਨਹੀਂ ਲਿੱਤਾ ਸੀਲਡ ਆ ਬੰਦ ਆਇਆ ਪਿੱਛੋਂ ਦੀ ਹਾਂਜੀ ਕੀ ਬਾਤ ਹੈ ਇਹ ਹੈਗੀ ਆਪਣੀ ਵਾਓ ਦਿਸ ਇਜ਼ ਦੀ ਗੇਮਿੰਗ ਐਕਸ B550 ਇਹਦੇ ਸਾਨੂੰ ਮਿਲਦੇ ਆ ਇੱਕ ਬੁੱਕ ਮਿਲ ਰਹੀ ਆ ਜੋ ਕਿ ਆਪਾਂ ਰੀਡ ਨਹੀਂ ਕਰਨੀ ਐਂਡ ਆ ਮਾਲ ਕੁਝ ਸਾਟਾ ਕੇਬਲ ਇਹ ਸਾਨੂੰ ਮਦਰਬੋਰਡ ਦੀ ਸੀਡੀ ਸੋ ਹੁਣ ਗਾਇਸ ਵਾਰੀ ਆ ਗਈ ਹੈ ਸਾਡੇ 5000 Ryzen ਦੀ ਦੇਖ ਸਕਦੇ ਤੁਸੀਂ ਨਿਊ ਪ੍ਰੋਸੈਸਰ Ryzen 5000 ਇਹ ਹੈਗਾ 5600X ਸੋ ਗਾਇਸ ਇਹਦੇ ਅੰਦਰ ਸਾਨੂੰ ਕੂਲਰ ਵੀ ਅਵੇਲੇਬਲ ਆ ਜਿਹੜੇ Ryzen ਦੇ 7 ਸੀਰੀਜ਼ ਐਂਡ 9 ਸੀਰੀਜ਼ ਆ ਉਹਦੇ ਅੰਦਰ ਸਾਨੂੰ ਕੂਲਰ ਅਵੇਲੇਬਲ ਨਹੀਂ ਮਿਲਣਾ ਉਹ ਤੁਹਾਨੂੰ ਐਕਸਟਰਾ ਬਾਏ ਕਰਨੇ ਪੈਣੇ ਆ ਸੋ ਚਲੋ ਪ੍ਰੋਸੈਸਰ ਦਾ ਵੀ ਆਪਾਂ ਕਰ ਲਈਏ ਇਹਦੀ ਸੀਲ ਤੋੜ ਲਈਏ ਪੈਕਡ ਨਿਊ ਪ੍ਰੋਸੈਸਰ ਇਹ ਸਾਨੂੰ ਬਹੁਤ ਸ਼ਿੱਦਤਾਂ ਬਾਅਦ ਮਿਲਿਆ ਆ ਬਹੁਤ ਮੁਸ਼ਕਿਲਾਂ ਸਹਿਣੀਆਂ ਪਈਆਂ ਇਹਦੇ ਲਈ ਸਾਨੂੰ ਓ ਬੜਾ ਟਾਈਟ ਕੀਤਾ ਹੋਇਆ ਇਹਨਾਂ ਨੇ ਉਹ ਤਾਂ ਮੈਂ ਆਪਣੇ ਸਾਊਂਡ ਇਫੈਕਟ ਕੱਟ ਦੇਣੇ ਆਪਣੇ ਵਾਲੇ ਸੋ ਗਾਇਸ ਇਹ ਹੈਗਾ ਆਪਣਾ ਸਟੋਕ ਕੂਲਰ ਠੀਕ ਆ ਪਹਿਲਾਂ ਇਹਨੂੰ ਰੱਖਦੇ ਹਾਂ ਪਹਿਲਾਂ ਮੇਨ ਚੀਜ਼ ਤੁਹਾਨੂੰ ਦਿਖਾਉਂਦੇ ਹਾਂ ਆਹ ਅੰਦਰ ਸਾਨੂੰ AMD ਦੇ ਕਾਗਜ਼ ਪੱਤਰ ਮਿਲੇ ਆ ਐਂਡ ਇਹਨਾਂ ਦੇ ਸਟਿੱਕਰ ਵੀ ਮਿਲਦੇ ਹੁੰਦੇ ਆ ਸਟਿੱਕਰ ਚਾਹੀਦਾ ਆਪਾਂ ਨੂੰ ਸਟਿੱਕਰ ਅੱਗੇ ਲੱਗਾ ਹੋਣਾ ਇਹਦੇ ਵਿੱਚ ਸਟਿੱਕਰ ਸੋ ਗਾਇਸ ਆਹ ਜਿਹੜੀ ਹੈ ਨਾ ਚੀਜ਼ ਇਹ ਅਸਲੀ ਚੀਜ਼ ਆ AMD ਦੀ ਕੀ ਬਾਤ ਹੈ ਨਾ ਸਾਨੂੰ ਮਿਲ ਗਿਆ ਸਟਿੱਕਰ ਇਹ ਆਪਾਂ ਲਾਵਾਂਗੇ ਆਪਣੇ CPU ਦੇ ਉੱਤੇ ਕੀ ਬਾਤ ਹੈ ਅਤਗਰਾਤੀ ਕੀ ਬਾਤ ਹੈ ਸੋ ਗਾਇਸ ਇਹ ਆਪਣੇ ਕੋਲ ਆ ਗਿਆ ਸਾਡਾ AMD CPU
So guys, as you can see, ਆਪਾਂ PC ਸਾਰਾ ready ਕਰ ਲਿਆ ਆ ਜਿੰਨੇ ਵੀ ਆ Ryzen 5 and ਦੇਖ ਸਕਦੇ ਯਾਰ ਤੁਸੀਂ ਕਿੰਨੇ ਸਹੀ ਲੱਗ ਰਹੇ ਆ ਕੈਬਨਿਟ ਦੇ ਫੈਨਸ ਕੀ ਬਾਤ ਹੈ ਬਲੂ ਫੈਨਸ ਆ ਐਂਡ ਇੱਕ ਇਹਦੇ ਰੀਅਰ ਦੇ ਉੱਤੇ ਫੈਨ ਲੱਗਾ ਆ ਦੋ ਫੈਨ ਸਾਨੂੰ ਕੈਬਨਿਟ ਦੇ ਫਰੰਟ ਦੇ ਉੱਤੇ ਮਿਲੇ ਸੀਗੇ ਐਂਡ ਯਾਰ ਥੋੜ੍ਹਾ ਟਾਈਮ ਲੱਗ ਗਿਆ ਸਾਨੂੰ ਬਸ ਅਪਡੇਟ ਕਰਦੇ ਐਂਡ ਵਿੰਡੋਜ਼ ਇੰਸਟਾਲ ਕਰਨੀ ਪਈ ਫਿਰ ਸਾਰੀ ਐਂਡ ਉਸ ਤੋਂ ਬਾਅਦ ਫਿਰ ਤੁਸੀਂ ਦੇਖ ਸਕਦੇ ਆ ਐਂਡ ਉਸ ਤੋਂ ਬਾਅਦ ਸੋਫਟਵੇਅਰ ਵਗੈਰਾ ਇੰਸਟਾਲ ਕੀਤੇ ਸਾਰੇ ਵਿੰਡੋਜ਼ ਵਗੈਰਾ ਚੱਲ ਗਈ ਆ ਗਾਇਜ਼ ਹੁਣ ਵੀਡੀਓਜ਼ ਜਿਹੜੀਆਂ ਆ ਨਵੀਆਂ ਆ ਰਹੀਆਂ ਆ ਵੀਡੀਓਜ਼ ਗੇਮਿੰਗ ਵੀ ਕਰਾਂਗੇ ਐਂਡ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਨੀ ਦੇਰ ਤੱਕ ਬਾਏ ਬਾਏ ਟੇਕ ਕੇਅਰ ਪੀਸ ਆਊਟ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਕਿੱਦਾਂ ਲੱਗਾ ਪੀਸੀ ਬਿਲਡ ਮਿਲਦੇ ਤੁਹਾਨੂੰ ਨੈਕਸਟ ਵੀਡੀਓ 'ਚ ਬਾਏ ਬਾਏ ਪੀਸ ਆਊਟ